ਆ ਰੱਸੀ ਯੂਜ਼ ਕਰੀ ਹੈਗੀ ਆਹ ਵਾਲੀ ਤੇ ਇਹਦੇ ਉੱਪਰ ਵੀਰੇ ਮੱਖੀ ਬਹਿ ਜਾਂਦੀ ਆ ਮੁੜ ਕੇ ਉੱਥੇ ਉੱਠਿਆ ਜਾਂਦਾ ਨਹੀਂ ਤੇ ਸਾਰੀ ਮੱਖੀ ਇਕੱਠੀ ਮਰ ਜਾਂਦੀ ਹੈ ਇਕੱਠੀ ਹੋ ਜਾਂਦੀ ਹੈ ਨਾ ਫੌਗਰ ਆਗਾ ਇਹ ਫੌਗ ਡੀਜ਼ਲ ਪੈਂਦਾ ਇਹਦੇ ਵਿੱਚ ਇੱਕ ਕਿੰਗ ਫੌਗ ਸਪਰੇਅ ਆਉਂਦੀ ਉਹ ਪੈਂਦੀ ਹੈਗੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਦੇ ਉੱਤੇ ਜਿਵੇਂ ਕਿ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਅੱਜ ਦਾ ਜਿਹੜਾ ਸਮਾਂ ਚੱਲੀ ਜਾਂਦਾ ਉਹ ਲੰਪੀ ਸਕਿਨ ਸਭ ਤੋਂ ਮੇਨ ਚੱਲੀ ਜਾਂਦੀ ਆ ਤੇ ਆਪਾਂ ਇਹਦੇ ਵਿੱਚ ਇੱਕ ਗੱਲ ਮੇਨ ਕਹਿੰਦੇ ਹੁੰਦੇ ਹਾਂ ਕਿ ਜਿਹੜੀ ਇਹ ਬਿਮਾਰੀ ਆ ਜ਼ਿਆਦਾਤਰ ਉਹ ਮੱਖੀ ਅਤੇ ਮੱਛਰ ਤੋਂ ਫੈਲਦੀ ਆ ਸੋ ਅੱਜ ਆਪਾਂ ਭੁੱਲ ਡੇਅਰੀ ਫਾਰਮ 'ਤੇ ਪਹੁੰਚੇ ਹਾਂ ਅਤੇ ਤੁਹਾਨੂੰ ਦੱਸਾਂਗੇ ਕਿ ਜਿਹੜਾ ਮੱਖੀ ਅਤੇ ਮੱਛਰ ਦਾ ਇਲਾਜ ਆ ਉਹ ਬਾਈਓਰੀ ਕਿਵੇਂ ਕਰਦੇ ਆ ਅਤੇ ਕਿਵੇਂ ਟ੍ਰੀਟਮੈਂਟ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਜਿਵੇਂ ਅੱਜ ਕੱਲ੍ਹ ਆਪਾਂ ਹੁਣ ਦੇਖ ਰਹੇ ਹਾਂ ਕਿ ਮੱਛਰ ਅਤੇ ਮੱਖੀ ਦਾ ਜਿਹੜਾ ਪ੍ਰਕੋਪ ਆ ਉਹ ਕਾਫੀ ਫੈਲ ਰਿਹਾ ਹੈਗਾ ਹੈ ਨਾ ਕਿਉਂਕਿ ਇੱਕ ਤਾਂ ਮੌਸਮ ਇਸ ਤਰੀਕੇ ਦਾ ਹੈਗਾ ਅਤੇ ਤੁਸੀਂ ਬਾਈ ਆਪਣੇ ਫਾਰਮ ਦੇ ਵਿੱਚ ਆਪਣੀਆਂ ਗਾਵਾਂ ਨੂੰ ਇਸ ਮੱਖੀ ਅਤੇ ਮੱਛਰ ਤੋਂ ਕਿਵੇਂ ਬਚਾਉਣੇ ਕੀ ਟ੍ਰੀਟਮੈਂਟ ਕਰਦੇ ਹੋ ਬਾਈ ਤੁਸੀਂ ਇਸਦਾ ਟ੍ਰੀਟਮੈਂਟ ਵੀਰੇ ਦਾ ਪੱਕਾ ਇਲਾਜ ਤਾਂ ਕੋਈ ਨਹੀਂ ਗਾ ਅਤੇ ਇਹ ਤਾਂ ਆਪਾਂ ਵੀ ਆਪਦੇ ਵੱਲੋਂ ਪਰਹੇਜ਼ ਹੀ ਕਰ ਸਕਦੇ ਹਾਂ ਵੀ ਜਿੰਨੀ ਕੋਸ਼ਿਸ਼ ਕਰ ਸਕਦੇ ਹਾਂਗੇ ਅਤੇ ਇਹਦਾ ਹੁਣ ਜਿਵੇਂ ਮੱਛਰ ਲਈ ਤਾਂ ਇਹ ਜਿਵੇਂ ਫੌਗਰ ਆਗਾ ਇਹ ਫੌਗ ਡੀਜ਼ਲ ਪੈਂਦਾ ਇਹਦੇ ਵਿੱਚ ਇੱਕ ਕਿੰਗ ਫੌਗ ਸਪਰੇਅ ਆਉਂਦੀ ਉਹ ਪੈਂਦੀ ਹੈਗੀ ਅਤੇ ਇਹ ਕਰਦੇ ਨੇ ਇਹਦੇ ਨਾਲ ਇੱਕ ਵਾਰੀ ਮੱਛਰ ਸਾਰੇ ਫਾਰਮ 'ਚੋਂ ਬਾਹਰ ਨਿਕਲ ਜਾਂਦੇ ਪੱਖੇ ਚੱਲਦੇ ਹੁੰਦੇ ਆ ਪੱਖਿਆਂ ਦੀ ਬੈਕ ਸਾਈਡ 'ਤੇ ਬੰਦਾ ਲੈ ਕੇ ਖੜ ਜਾਂਦਾ ਅਤੇ ਸਾਰਾ ਧੂੰਆਂ ਹੋ ਜਾਂਦਾ ਇੱਕ ਵਾਰੀ ਫਾਰਮ 'ਚ ਸਾਰਾ ਮੱਛਰ ਇੱਕ ਵਾਰੀ ਫਾਰਮ 'ਚੋਂ ਬਾਹਰ ਨਿਕਲ ਜਾਂਦਾ ਗਾ ਅੱਛਾ ਇਹ ਬਾਈ ਜਿਹੜੀ ਤੁਸੀਂ ਫੌਗ ਕਰ ਰਹੇ ਹੋ ਹਾਂ ਇਹਦੇ ਵਿੱਚ ਕੀ ਪੈਂਦਾ ਗਾ ਬਾਈ ਇਹ ਡੀਜ਼ਲ ਪੈਂਦਾ ਵੀਰੇ ਉੱਪਰ ਸਪਰੇਅ ਪੈਂਦੀ ਆ ਕਿੰਗ ਫੌਗ ਆਉਂਦੀ ਆ ਸਪੈਸ਼ਲੀ ਹਾਂ ਬਾਇਰ ਦੀ ਆਉਂਦੀ ਆ ਉਹ ਅਤੇ ਉਹ ਪੈਂਦੀ ਹੈਗੀ ਤੇ ਡੀਜ਼ਲ 'ਚ ਮਿਕਸ ਕਰਕੇ ਹੀ ਪਾ ਸਕਦੇ ਹੋ ਉਹ ਅਤੇ ਖੈਰ ਵਧੀਆ ਰਿਜ਼ਲਟ ਲੱਗਿਆ ਇੱਕ ਵਾਰੀ ਮੱਛਰ ਸਾਰਾ ਨਿਕਲ ਜਾਂਦਾ ਫਾਰਮ 'ਚੋਂ ਇਹਦੇ ਵਿੱਚ ਬਾਈ ਹਾਂ ਜਿਵੇਂ ਆਪਾਂ ਜਦੋਂ ਆਪਾਂ ਕਹਦੇ ਵੀ ਮੇਨ ਜਿਹੜੀ ਬਿਮਾਰੀ ਆ ਉਹ ਤੁਹਾਨੂੰ ਦਿਖਾ ਦਿੰਦੇ ਆ ਜਿਵੇਂ ਹੁਣ ਪੱਖੇ ਦੇ ਪਿੱਛੇ ਖੜੂਗਾ ਬੰਦਾ ਅਤੇ ਪੱਖੇ ਦੇ ਪਿੱਛੇ ਖੜ ਕੇ ਚਲਾਊਗਾ ਉਹਨੂੰ ਅਤੇ ਸਾਰਾ ਉਹ ਨਿਕਲ ਜੂਗਾ ਬਾਹਰ ਦੋਸਤੋ ਆਪਾਂ ਤੁਹਾਨੂੰ ਇਹੀ ਕਹਿੰਦੇ ਆ ਕਿ ਜਿਹੜਾ ਮੱਖੀਆਂ ਤੇ ਪੱਪੂ ਪੱਖੇ ਦੇ ਪਿੱਛੇ ਖੜ ਕੇ ਚਲਾਈ ਜ਼ਰੂਰ ਧਿਆਨ ਰੱਖਿਓ ਠੀਕ ਹੈ ਜੀ ਹੁਣ ਦਿਖਾਉਣੇ ਆ ਕਿ ਦਿਖਾਉਣੇ ਆ ਵੀ ਇਹ ਜਿਹੜਾ ਕੰਮ ਕਿਵੇਂ ਕਰਦਾ ਹੈ ਨਾ ਪੂਰੇ ਫਾਰਮ ਦੇ ਵਿੱਚ ਕਿਵੇਂ ਇਹਦੀ ਜਿਹੜੀ ਹੈਗੀ ਆ ਬਾਕੀ ਸਸਤਾ ਹੀ ਹੈ ਵੀਰੇ ਇਹ 6500 ਦਾ ਉਹ ਆਉਂਦਾ ਪੰਪ ਜਿਹਾ ਜੇ ਤੁਸੀਂ ਆਪ ਘਰੇ ਬਣਾਉਣਾ ਉਹ 2000 ਦਾ ਬਣ ਜਾਂਦਾ ਗਾ ਹਾਂ ਹਾਂ ਬਣ ਜਾਂਦਾ ਕੋਈ ਬਾਹਲਾ ਵੱਡਾ ਸਿਸਟਮ ਨਹੀਂ ਹੁਣ ਸਾਰੇ ਧੂੰਆਂ ਆਈ ਜਾਂਦਾ ਸਾਰੇ ਫਾਰਮ ਦੇ ਵਿੱਚੋਂ ਇਹ ਧੂੰਆਂ ਕੱਢ ਦੂਗਾ ਸਾਰੇ ਫਾਰਮ ਦੇ ਵਿੱਚ ਮਤਲਬ ਉੱਪਰ ਛੱਤ ਤੱਕ ਸਾਰੇ ਚੜ ਗਿਆ ਧੂੰਆਂ ਦੇਖ ਸਕਦੇ ਹੋ ਕਿ ਥੋੜੀ ਜਿਹੀ ਹਵਾ ਚੱਲਦੀ ਹੈ ਸ਼ਾਮ ਨੂੰ ਹਵਾ ਟਿਕਿਆ ਹਾਂ ਹਾਂ ਨਹੀਂ ਤਾਂ ਜੇ ਹਵਾ ਨਹੀਂ ਚੱਲਦੀ ਸਾਰੇ ਫਾਰਮ ਚੋਂ ਕੱਢ ਦਿੰਦਾ ਬਾਹਰ ਸਾਰੇ ਫਾਰਮ ਦੇ ਵਿੱਚ ਮਤਲਬ ਇੱਦਾਂ ਜਿਹੜਾ ਇਹ ਹੈਗਾ ਜਿਹਦੇ ਕਰਕੇ ਕੀ ਹੁੰਦਾ ਗਾ ਕਿ ਮੱਛਰ ਤੇ ਜਿਹੜਾ ਮੱਖੀ ਆ ਉਹ ਭੱਜ ਜਾਂਦਾ ਗਾ ਹਨਾ ਜੀ ਤੇ ਜਿਹੜੀਆਂ ਤੁਹਾਡੀਆਂ ਪਸ਼ੂ ਨੂੰ ਹੋਣ ਵਾਲੀਆਂ ਬਿਮਾਰੀਆਂ ਇਹਨਾਂ ਤੋਂ ਉਹਨਾਂ ਤੋਂ ਤੁਸੀਂ ਰਾਹਤ ਪਾ ਸਕਦੇ ਹੋ ਅਤੇ ਦੂਜੀ ਗੱਲ ਇਹ ਵੀ ਹੈ ਕਿ ਲੰਪੀ ਸਕਿਨ ਦੇ ਵਿੱਚ ਇਹ ਮੇਨ ਮੰਨਿਆ ਜਾਂਦਾ ਹੈਗਾ ਕਿ ਜਦੋਂ ਜਿਹੜੇ ਪਸ਼ੂ ਨੂੰ ਲੰਪੀ ਸਕਿਨ ਹੋਈ ਹੁੰਦੀ ਆ ਡਿਸੀਜ਼ ਇਹ ਅਤੇ ਉਸ ਤੋਂ ਬਾਅਦ ਇਹ ਕਿ ਤੰਦਰੁਸਤ ਪਸ਼ੂ ਦੇ ਉੱਪਰ ਜਿਹੜੀ ਮੱਖੀ ਜਾਂ ਮੱਛਰ ਬਹਿ ਜਾਂਦਾ ਤਾਂ ਉਸੇ ਦੂਜੇ ਪਸ਼ੂ ਨੂੰ ਵੀ ਹੋ ਜਾਂਦਾ ਹਨਾ ਬਾਈ ਹਾਂ ਵੀਰੇ ਹੁਣ ਇਹ ਵਾਇਰਸ ਆਇਆ ਗਾ ਹੁਣ ਐਂ ਤਾਂ ਹੈ ਨਹੀਂ ਵੀ ਆਪਾਂ ਕਿਸੇ ਫਾਰਮ ਤੋਂ ਗਾਂ ਲਈ ਆ ਵੀ ਉੱਥੇ ਸੀਗਾ ਉੱਥੋਂ ਆ ਗਿਆ ਹਨਾ ਚਲੋ ਇੱਕ ਨੇ ਲੈ ਲਿਆ ਕੋਈ ਮੰਡੀ ਤੋਂ ਲੈ ਲਿਆ ਉਹਦੇ ਆ ਗਿਆ ਉਹ ਸਾਰੇ ਪੰਜਾਬ 'ਚ ਇਕੱਠੇ ਹੀ ਕਿਵੇਂ ਆ ਗਿਆ ਇਹ ਮੱਛਰ ਦਾ ਸੀਜ਼ਨ ਹੋ ਗਿਆ ਮੱਛਰ ਨੇ ਇਹ ਫਾਰਮ 'ਤੇ ਕੱਟਿਆ ਉਹਤੇ ਕੱਟਿਆ ਮੱਛਰ ਨਾਲ ਹੀ ਚੱਲੀ ਗਿਆ ਸੋ ਦੋਸਤੋ ਇਹ ਵੀ ਥੋੜ੍ਹਾ ਜਿਹਾ ਇੱਕ ਨਾ ਵਹਿਮ ਨਾ ਰੱਖਿਓ ਆਪਦੇ ਮਨ ਦੇ ਵਿੱਚ ਕਿ ਯਾਰ ਉਹਨਾਂ ਦੇ ਤਾਂ ਐਂ ਹੋਇਆ ਪਿਆ ਸੀਗਾ ਉਹਨਾਂ ਦੇ ਐਂ ਹੋਇਆ ਪਿਆ ਸੀਗਾ ਸੋ ਇਹ ਸਾਰੇ ਪੰਜਾਬ ਦੇ ਵਿੱਚ ਆ ਸਾਰੇ ਹੀ ਕਿਤੇ ਆ ਇਹ ਸੋ ਬਾਕੀ ਹੁਣ ਤਾਂ ਰਿਕਵਰ ਹੋ ਹੀ ਗਿਆ ਹੁਣ ਤਾਂ 2-3 ਦਿਨਾਂ ਦਾ ਮੌਸਮ ਸਹੀ ਧੁੱਪ 2-3 ਦਿਨਾਂ ਧੁੱਪਾਂ ਲੱਗਣ ਕਰਕੇ ਬਹੁਤ ਵਧੀਆ ਰਿਜ਼ਲਟ ਮਿਲਿਆ ਗਾ ਪੂਰੇ ਹੀ ਵਧੀਆ ਵੀ ਹੁਣ ਤਾਂ ਵੀ ਪੂਰਾ 100% ਹੀ ਰਿਕਵਰ ਹੋ ਗਿਆ ਚਲੋ ਚੰਗੀ ਗੱਲ ਆ ਵੀਰੇ ਜਿਹੜਾ ਹਫ਼ਤਾ ਲੰਘਿਆ 10 ਦਿਨ ਐਂ ਲਾ ਲਓ ਫਾਰਮ 'ਚ ਵੀ ਜੀ ਨਹੀਂ ਲੱਗਦਾ ਸੀ ਇੰਨਾ ਮਾੜਾ ਹਾਲ ਸੀ ਉਦੋਂ ਹੈਂ ਅਤੇ ਡੇਲੀ ਪਸ਼ੂ ਚੱਕਣ ਵਾਲੇ ਨੂੰ ਡੇਲੀ ਫੋਨ ਕਰਨਾ ਸੀ ਵੀ ਲੈ ਜਾ ਇੱਕ ਹੈਂ ਸੋ ਹੁਣ ਬਈ ਉਹ ਸਮਾਂ ਲੰਘ ਗਿਆ ਅਤੇ ਹੁਣ ਦੁਬਾਰੇ ਆਪਾਂ ਉਹੀ ਪੋਜੀਸ਼ਨ ਦੇ ਵਿੱਚ ਆ ਗਏ ਹਾਂ ਸੋ ਚਲੋ ਮਾੜਾ ਚੰਗਾ ਕਹਿੰਦੇ ਹੁੰਦੇ ਆ ਸਮਾਂ ਆਉਂਦਾ ਰਹਿੰਦਾ ਗਾ ਹੈ ਨਾ ਜੀ ਸੋ ਬਈ ਇਹ ਹੋ ਗਿਆ ਜਿਵੇਂ ਆਪਾਂ ਫਾਰਮ ਦੇ ਵਿੱਚ ਦੇਖਿਆ ਕਿ ਤੁਸੀਂ ਧੂੰਏ ਵਾਲਾ ਕੋਈ ਹੋਰ ਬਈ ਹੋਰ ਵੀ ਕੋਈ ਤਰੀਕਾ ਅਪਣਾਉਣੇ ਆ ਕਿ ਮੱਖੀ ਮੱਛਰ ਜਿਹੜਾ ਆਪਣੇ ਫਾਰਮ ਦੇ ਉੱਪਰ ਮੱਖੀ ਵਾਲੇ ਅਸੀਂ ਬਹੁਤ ਤਰੀਕੇ ਅਪਣਾਏ ਆ ਵੀਰੇ ਜਿਵੇਂ ਉਹ ਫਲਾਈ ਟ੍ਰੈਪ ਜਾਂਦੀਆਂ ਪੁੜੀਆਂ ਹੀ ਉਹ ਵੀ ਲਾ ਕੇ ਦੇਖੀਆਂ ਉਹ ਥੋੜ੍ਹਾ ਜਿਹਾ ਮਹਿੰਗਾ ਪੈਂਦਾ ਗਾ ਅਤੇ ਉਸ ਤੋਂ ਬਾਅਦ ਅਸੀਂ ਇੱਕ ਆਹ
ਆ ਰੱਸੀ ਯੂਜ਼ ਕਰੀ ਹੈਗੀ ਆਹ ਵਾਲੀ ਹਾਂ ਇਹ ਵੀ ਫਲਾਈ ਟ੍ਰੈਪ ਦੇ ਨਾਂ ਤੇ ਹੀ ਐਮਾਜ਼ੋਨ ਤੇ ਵੀ ਪਈ ਆ ਇਹ ਅੱਛਾ ਜੇ ਕਿਸ ਨੇ ਲੈਣੀ ਹੋਵੇ ਇਹਨੂੰ ਹਜੇ ਲੱਗੀ ਨੂੰ 48 ਕੇ ਘੰਟੇ ਹੋਏ ਆ ਵੀਰੇ ਤੇ ਉਹ ਇਹ ਜੇ ਆਪਾਂ ਲੈਣਾ ਲੁਧਿਆਣਾ ਫੀਡ ਮੇਲਾ ਲਿਆ ਜਿਹੜੇ ਜਿਹਨਾਂ ਤੋਂ ਸਪਲੀਮੈਂਟ ਮਿਲਦੇ ਆ ਉਹਨਾਂ ਤੋਂ ਸਾਰਾ ਮਿਲ ਜੂ ਇਹ ਫਲਾਈ ਟ੍ਰੈਪ ਹੀ ਹੈ ਵੀ ਇੱਕ ਤਰ੍ਹਾਂ ਦੀ ਗੂੰਦ ਜੀ ਵਾਲੀ ਰੱਸੀ ਜੀ ਹੈਗੀ ਤੇ ਇਹਦੇ ਉੱਪਰ ਵੀਰੇ ਮੱਖੀ ਬਹਿ ਜਾਂਦੀ ਆ ਮੁੜ ਕੇ ਉਹ ਤੋਂ ਉੱਠਿਆ ਜਾਂਦਾ ਨਹੀਂ ਤੇ ਸਾਰੀ ਮੱਖੀ ਇਕੱਠੀ ਮਰ ਜਾਂਦੀ ਹੈ ਇਕੱਠੀ ਹੋ ਜਾਂਦੀ ਹੈ ਹਨਾ ਤੁਸੀਂ ਪਹਿਲਾਂ ਆਏ ਸੀ ਆਪਣੇ ਫਾਰਮ ਤੇ ਕਿੰਨੀ ਮੱਖੀ ਸੀਗੀ ਬਹੁਤ ਜ਼ਿਆਦਾ ਸੀ ਬਈ ਹੁਣ 5% ਮੱਖੀ ਰਹਿ ਗਈ ਅੱਜ ਮੈਂ ਇਹਨੂੰ ਚੇਂਜ ਕਰ ਦੂੰਗਾ ਓਕੇ ਇਹਦਾ ਰੇਟ ਹੈਗਾਗਾ ਕਦੋਂ ਲਾ ਕੇ ਤੇ ਕਿੰਨਾ ਟਾਈਮ ਤੱਕ ਕੱਢ ਜਾਂਦੀ ਹੈ ਕੱਢ ਤਾਂ ਵੀਰੇ ਮੱਖੀ ਤੇ ਡਿਪੈਂਡ ਆ ਗਈ ਜੇ ਮੱਖੀ ਘੱਟ ਨਹੀਂ ਭਰੀ ਇਹ ਫਿਰ ਤਾਂ ਭਾਵੇਂ ਤੁਸੀਂ ਇਹਨੂੰ 6 ਮਹੀਨੇ ਲਾਈ ਰੱਖੋ ਇਹਦੇ ਗੂੰਦ ਲੱਗੀ ਹੋਈ ਆ ਉਹ ਤਾਂ ਐਕਸਪਾਇਰ ਹੁੰਦੀ ਨਹੀਂਗੀ ਤੇ ਜੇ ਆਪਣੇ ਹੁਣ ਸਾਡੇ ਤਾਂ ਮੱਖੀ ਬਾਹਲੀ ਸੀਗੀ ਮੱਖੀ ਨਾਲ ਹੀ ਭਰ ਗਈ ਇੱਕ ਵਾਰੀ 'ਚ ਇਹ 24 ਘੰਟਿਆਂ 'ਚ ਫੁੱਲ ਹੋ ਗਏ ਹੁਣ ਨਵਾਂ ਲਾ ਦਾਂਗੇ ਨਵੇਂ 'ਚ ਮੇਰੇ ਸਾਨੂੰ ਮਹੀਨਾ 2 ਮਹੀਨੇ ਕੱਢ ਦਿਉ ਬਾਕੀ ਮਹਿੰਗੀ ਵੀ ਨਹੀਂ 1 ਰੁਪਏ ਫੁੱਟ ਹੀ ਪੈਂਦੀ ਹੈ 1 ਰੁਪਏ ਫੁੱਟ ਪੈਂਦੀ ਹੈ ਬਾਈ ਹੁਣ ਆਪਣੇ ਲਾ ਲਓ 120-240 ਬਣਿਆ 250 ਰੁਪਏ ਖਰਚਾ ਆਇਆ ਮੇਰਾ ਸਾਰੇ ਤੇ ਤੁਹਾਨੂੰ ਰਿਜ਼ਲਟ ਵਧੀਆ ਮਿਲਿਆ ਬਾਈ ਰਿਜ਼ਲਟ ਵੀਰੇ ਬਨਤੀ ਬਾਰ ਲਾ ਕੇ ਸਿੱੜ ਦਾਂਗੇ ਹੁਣ ਨਵੀਂ ਲਾ ਦਾਂਗੇ 1500 ਮੀਟਰ ਦਾ ਰੋਲ ਹੈ ਇਹਦਾ 1500 ਰੁਪਏ ਦਾ 1500 ਰੁਪਏ ਸੋ ਦੋਸਤੋ ਤੁਸੀਂ ਆਪਣੇ ਫਾਰਮ ਦੇ ਵਿੱਚ ਆਪਣੀਆਂ ਗਾਵਾਂ ਦੇ ਕੋਲੇ ਇਸ ਤਰੀਕੇ ਦੀ ਰੱਸੀ ਆ ਉਹ ਵੀ ਲਾ ਸਕਦੇ ਹੋ ਕਿ ਤਾਂ ਜੋ ਜਿਹੜੀਆਂ ਮੱਖੀਆਂ ਤੁਹਾਡੇ ਪਸ਼ੂ ਨੂੰ ਡਿਸਟਰਬ ਨਾ ਕਰਨ ਠੀਕ ਹੈ ਜੀ ਇਰੀਟੇਟ ਨਾ ਹੋਵੇ ਪਸ਼ੂ ਤੇ ਜਿਹੜੀ ਲੰਬੀ ਸਕਿਨ ਚੱਲੀ ਜਾਂਦੀ ਹੈ ਇਹ ਤੋਂ ਵੀ ਜਿਹੜਾ ਆਪਣਾ ਬਚਾਅ ਉਹ ਰੱਖਿਆ ਜਾ ਸਕਦਾ ਹੈਗਾ ਮੈਨੂੰ ਐਮਾਜ਼ੋਨ ਤੋਂ ਖੈਰ ਮਿਲੀ ਨਹੀਂ ਪਹਿਲਾਂ ਉਹ ਪਹਿਲਾਂ ਲਿਆ ਐਮਾਜ਼ੋਨ ਤੇ ਮੰਗਾਏ ਸੀ ਇਹ ਉੱਥੋਂ ਮਿਲ ਗਈ ਮੈਨੂੰ ਲੁਧਿਆਣਿਓਂ ਲੁਧਿਆਣਿਓਂ ਆ ਲੁਧਿਆਣੇ ਵੀ ਲਗਭਗ ਡੈਰੀ ਫਾਰਮ ਦਾ ਤਾਂ ਹਰੇਕ ਦਾ ਗੇੜਾ ਲੱਗਦਾ ਹੀ ਰਹਿੰਦਾ ਬਾਕੀ ਫਾਰਮ ਦੇ ਦਾ ਵੀ ਠੀਕ ਰਹਿੰਦਾ ਦੂਜਿਆਂ ਲਈ ਥੋੜਾ ਜਿਹਾ ਆਇਆ ਵੀ ਕੋਈ ਇੰਨੀ ਮਹਿੰਗੀ ਵੀ ਨਹੀਂ ਆਪਾਂ ਹਿਸਾਬ ਲਾਈਏ 100 ਰੁਪਏ ਤਾਂ ਆਪਾਂ ਸਪਰੇਅ ਹੀ ਛਿੜਕ ਦਿੰਦੇ ਆ ਮੱਖੀਆਂ ਦੇ ਬਚਾ ਲਈ ਡੇਲੀ ਬਿਲਕੁਲ ਬਿਲਕੁਲ ਤੇ ਇਹ ਤਾਂ ਬਹੁਤ ਵਧੀਆ ਚੀਜ਼ ਆ ਘਰੇ ਲਾ ਲਓ ਕਿਤੇ ਮਰਜ਼ੀ ਲਾ ਲਓ ਮੱਖੀਆਂ ਲਈ ਸਾਰਿਆਂ ਤੋਂ ਵਧੀਆ ਚੀਜ਼ ਆ ਗਈ ਸੋ ਦੋਸਤੋ ਤੁਸੀਂ ਇਹ ਚੀਜ਼ਾਂ ਯੂਜ਼ ਕਰ ਸਕਦੇ ਹੋ ਆਪਣੇ ਫਾਰਮ ਦੇ ਉੱਪਰ ਬਾਕੀ ਜਿਵੇਂ ਮੱਛਰ ਤੋਂ ਬਚਾ ਲਈ ਤੁਸੀਂ ਧੂੰਆਂ ਕਰ ਸਕਦੇ ਹੋਗੇ ਉਹਦੇ ਵਿੱਚ ਨਿੰਮ ਦੀਆਂ ਡਾਣੀਆਂ ਪਾ ਲਓ ਥੋੜੀਆਂ ਜੀਆਂ ਇੱਕ ਦੀ ਡਾਣੀ ਗਿੱਲੀ ਪਾ ਦਿਓ ਜਾਂ ਸੁੱਕੀਆਂ ਮਿਲ ਜਾਣ ਤਾਂ ਠੀਕ ਹੈ ਤੇ ਪਰਾਲੀ ਪਾ ਲਓ ਨਾਲ ਮੁਸਕ ਕਪੂਰ ਦੀ ਟਿੱਕੀ ਪਾ ਦਿਓ ਇੱਕ ਅੱਧੀ ਵਿੱਚ ਉਹਦੇ ਨਾਲ ਵੀ ਹਾਂ ਤੇ ਉਹ ਬਹੁਤ ਵਧੀਆ ਮੱਛਰ ਸਾਰਾ ਇੱਕ ਵਾਰੀ ਜਿਵੇਂ ਅਸੀਂ ਵੀ ਪੱਖਿਆਂ ਦੇ ਪਿੱਛੇ ਧੂੰਆਂ ਕਰ ਦਿੰਦੇ ਆ ਉਹ ਇੱਕ ਵਾਰੀ ਸਾਰੇ ਫਾਰਮ 'ਚੋਂ ਮੱਛਰ ਨਿਕਲ ਜਾਂਦਾ ਉਦੋਂ ਬਾਅਦ 2-3 ਵਾਰੀ ਇਹ ਫੋਗਰ ਵਾਲਾ ਕਰ ਦਿੰਦੇ ਆ ਇੱਕ ਵਾਰੀ 7 ਵਜੇ ਫਿਰ 10 ਵਜੇ ਫਿਰ ਰਾਤ ਨੂੰ 12 ਵਜੇ ਸੁਬਾਹ ਮੱਛਰ ਉਹੀ ਟਿਕ ਜਾਂਦਾ ਬਾਕੀ ਇਹਨਾਂ ਦੇ ਪੱਖਿਆਂ ਦੇ ਪਿੱਛੇ ਦੇਖ ਸਕਦੇ ਹੋ ਤੁਸੀਂ ਇਹਨਾਂ ਪਿੱਛੇ ਵੀ ਆਲ ਆਊਟ ਲਾਤੀ ਸਾਰਿਆਂ ਪਿੱਛੇ ਅੱਛਾ ਉਹ ਹਣਾ ਉੱਪਰ ਲੱਗੀ ਹੋਈ ਹੈ ਨਾ ਹਾਂ ਸਾਰੇ ਪੱਖਿਆਂ ਪਿੱਛੇ ਆਲ ਆਊਟ ਲੱਗੀ ਆ ਰਾਤ ਨੂੰ ਇਹ ਚਲਾ ਦਿੰਦੇ ਆ ਦੇਖ ਸਕਦੇ ਹੋ ਆਲ ਆਊਟ ਲੱਗੀ ਹੋਈ ਹੈ ਨਾ ਜੀ ਕੋਸ਼ਿਸ਼ ਤਾਂ ਪੂਰੀ ਕਰ ਰਹੇ ਆ ਵੀਰੇ ਬਾਕੀ ਮੱਛਰ 100% ਤਾਂ ਖਤਮ ਹੁੰਦੇ ਹੀ ਨਹੀਂ ਹਾਂ ਵੱਧ ਤੋਂ ਵੱਧ ਫਾਰਮ ਸੁੱਕਾ ਰੱਖੋ ਹਾਂ ਬਾਕੀ ਐਕਤੀ ਥੋੜਾ ਜਿਹਾ ਹੋ ਗਿਆ ਜਿਹੜਾ ਕੰਮ ਬਾਰਿਸ਼ਾਂ ਬਹੁਤ ਜ਼ਿਆਦਾ ਪਈਆਂ ਉਹਦੇ ਕਰਕੇ ਥੋੜਾ ਸਿੱਲਾ ਚੱਲੀ ਜਾਂਦਾ ਹਾਂ ਐਕਤੀ ਥੋੜਾ ਜਿਹਾ ਆਇਆ ਵੀ ਕੋਈ ਪਾਈਪ ਲੀਕ ਹੋ ਗਈ ਕੋਈ ਬਾਰਿਸ਼ ਨੂੰ ਬਾਛੜ ਅੰਦਰ ਆ ਗਈ ਸਿੱਲਾ ਹੋਣ ਕਰਕੇ ਇਹ ਬਿਮਾਰੀ ਜ਼ਿਆਦਾ ਵਧੀ ਹੈਗੀ ਇਹੀ ਚੱਕਰ ਆ ਥੋੜਾ ਜਿਹਾ ਬਸ ਬਾਕੀ ਹੁਣ ਰੇਤਾ ਰੂਤਾ ਸਿੱਟਿਆ ਹੁਣ ਠੀਕ ਹੈਗਾ ਸੋ ਇਹ ਸੀਗਾ ਜੀ ਆਪਣੀਆਂ ਗੱਲਾਂ ਬਾਤਾਂ ਵੀ ਤੁਸੀਂ ਫਾਰਮ ਦੇ ਵਿੱਚੋਂ ਆਪਣੇ ਮੱਖੀ ਦੇ ਮੱਛਰ ਨੂੰ ਬਾਕੀ ਬਚਾ ਸਕਦੇ ਹੋਰ ਇੱਕ ਸਸਤਾ ਇਲਾਜ ਆ ਜੇ ਕਿਸੇ ਨੇ ਇਹ ਪਾਣੀ ਦੇ ਵਿੱਚ ਡੀਜ਼ਲ ਪਾ ਦਿਓ ਥੋੜਾ ਜਿਹਾ ਜਾਂ ਕਾਲਾ ਤੇਲ ਪਾ ਦਿਓ ਉਹਦੇ ਨਾਲ ਵੀ ਮੱਛਰ ਨਹੀਂ ਆਉਂਦਾ ਫਰਨੈਲ ਪਾ ਲਓ 250 ml 2 ਲੀਟਰ ਡੀਜ਼ਲ ਪਾ ਲਓ ਉਹਨੂੰ ਰਲਾ ਕੇ ਉਦੋਂ ਬਾਅਦ ਪਾਣੀ ਦੇ ਵਿੱਚ ਸਿੱਟ ਦਿਓ ਮੱਛਰ ਮਰ ਵੀ ਜਾਂਦਾ ਗਾ ਪਾਣੀ ਜਿਹੜਾ ਮਤਲਬ ਥੱਲੇ ਕਹੀ ਹਾਂ ਜਿਵੇਂ ਆਪਣੇ ਆ ਪਾਣੀ ਖੜਾ ਗਾ ਹੁਣ ਸ਼ਾਮ ਨੂੰ 2 ਲੀਟਰ ਵਾਲੀ ਬੋਤਲ ਭਰ ਕੇ ਅਸੀਂ ਤੇ ਇਹਦੇ ਵਿੱਚ ਸਿੱਟ ਦਾਂਗੇ ਸਾਰੇ ਚ ਇਹ ਵੀ ਬਾਈ ਹਨਾ ਤੁਹਾਨੂੰ ਬਾਈ ਨੇ 4-5 ਨੁਕਤੇ ਦੱਸਦੇ ਵੀ ਤੁਸੀਂ ਐ ਕਰ ਸਕਦੇ ਹੋ ਇਹਦਾ ਸਾਰੇ ਹੀ ਕਰੀ ਜਾਂਦੇ ਆ ਤਾਂ ਕੋਈ ਨਹੀਂ ਡੀਜ਼ਲ ਵਾਲਾ ਵੀ ਕਰਾਂਗੇ ਧੂੰਏ ਵਾਲਾ ਵੀ ਕਰਾਂਗੇ ਆਲ ਆਊਟ ਵੀ ਲਾਤੀ ਇਹ ਵੀ ਲਾਤਾ ਫੌਗ ਵਾਲਾ ਵੀ ਕਰਾਂਗੇ ਵੀ ਮੱਛਰ ਨਾਲ ਹੀ ਪਸ਼ੂ ਦੁੱਧ ਘੜਦਾ ਕਿਉਂਕਿ ਗਰਮੀ ਤਾਂ ਇੱਕ ਤੁਹਾਨੂੰ ਪਤਾ ਬਾਹਲੀ ਹੋਈ ਨਹੀਂ ਡੇਲੀ ਕਿਤੇ ਨਾ ਕਿਤੇ ਮੀਂਹ ਪੈ ਜਾਂਦਾ ਠੰਡੀ ਹਵਾ ਵਾਲੀ ਗੱਲ ਹੀ ਆ ਥੋੜੀ ਮੋਟੀ ਗਰਮੀ ਚੱਲ ਰਹੀ ਹੈ ਨਾ ਤੇ ਇੱਕ ਦੀ ਮੱਛਰ ਦੀ ਜ਼ਿਆਦਾ ਪ੍ਰੋਬਲਮ ਆ ਗਈ ਮੱਛਰ ਦੀ ਬਾਈ ਥੋੜੀ ਜ਼ਿਆਦਾ ਪ੍ਰੋਬਲਮ ਬਾਕੀ ਆਪਣੇ ਬਾਗ ਕਰਕੇ ਆਪਣੇ ਥੋੜੀ ਗਰਮੀ ਵਾਲੀ ਪ੍ਰੋਬਲਮ ਤਾਂ ਹੁਣ ਤੁਸੀਂ ਖੜੀ ਹੋਗੇ ਪੱਖੇ ਵੀ ਬੰਦ ਪਏ ਆਪਣੇ ਤਾਂ ਬਿਲਕੁਲ ਬਾਈ ਜਮਾਂ ਹੀ ਫੀਲ ਹੀ ਨਹੀਂ ਹੁੰਦਾ ਹਨਾ ਕਿਉਂਕਿ ਆ ਸਾਈਡਾਂ ਤੇ ਬਾਗ ਆ ਜੀ ਹਨਾ ਬਾਈ ਉਹਨਾਂ ਦਾ ਤੇ ਸੋ ਬਾਈ ਜੀ ਇਹ ਸੀਗੀ ਇਸ ਮਕਸਦ ਲਈ ਵੀਡੀਓ ਬਣਾਈ ਗਈ ਸੀਗੀ ਤੁਸੀਂ ਆਪਣੇ ਫਾਰਮ ਨੂੰ ਸਾਫ਼ ਸੁਥਰਾ ਰੱਖਿਓ ਮੱਖੀ ਮੱਛਰ ਉਹਨਾਂ ਦੇਖ ਲਓ ਮੌਜ ਨਾਲ ਮੱਖੀਆਂ ਤੋਂ ਬਚਾ ਲਈ ਮੌਜ ਨਾਲ ਬੈਠੀਆਂ ਗਾਲਾਂ ਕਰੀ ਜਾਂਦੀਆਂ ਜੀ ਕੋਈ ਪੱਖਾ ਨਹੀਂ ਚੱਲਦਾ ਕੁਝ ਨਹੀਂ ਚੱਲਦਾ ਪਸ਼ੂ ਵੀ ਇਰੀਟੇਟ ਕੋਈ ਨਹੀਂ ਹੋ ਰਿਹਾ ਹਨਾ ਬਈ ਹਾਂ ਬਾਕੀ ਕਿਊਬੀਕਲਾਂ ਚ ਵੀ ਮੇਰੇ ਹਿਸਾਬ ਨਾਲ ਤਾਂ ਵੀਰੇ ਸਜਾ ਹੀ ਆ ਪਸ਼ੂਆਂ ਨੂੰ ਕਿਊਬੀਕਲ ਤਾਂ ਹਾਂ ਹੁਣ ਤੁਸੀਂ ਐਂ ਦੇਖ ਲਓ ਮਿੱਟੀ ਲਾਹੀ ਪਈ ਆ ਮੌਜ ਨਾਲ ਕੋਈ ਢੇਰੀ ਤੇ ਬੈਠੀ ਆ ਕੋਈ ਕਿਵੇਂ ਨਵੀਂ ਮਿੱਟੀ ਸਿੱਟੀ ਹੋਈ ਆ ਉਹ ਚ ਲੇਮਨੈਸ ਦੀ ਪਰ ਆਪਣੇ ਤੁਸੀਂ ਸਾਰਿਆਂ ਚੋਂ ਕਿੰਨੇ ਮਰਜ਼ੀ ਡੰਗਰ ਤੋਰ ਲਓ ਜੇ ਕਿ ਦੋਵੇਂ ਪੈਰ ਤੇ ਸੱਟ ਲੱਗੀ ਹੋਵੇ ਵੱਖਰੀ ਗੱਲ ਨਹੀਂ ਕੋਈ ਪਸ਼ੂ ਲੰਘ ਨਹੀਂ ਮਰੂ ਲੇਮਨੈਸ ਦੀ ਪ੍ਰੋਬਲਮ ਨਹੀਂ ਆ ਮੈਂ ਲੈ ਲਈ ਸੀ ਕਿਊਬੀਕਲ ਮੈਂ ਵੇਚਤੇ ਅੱਛਾ
ਲਿਆਂਦੇ ਸੀ ਉਹ ਫਾਰਮ ਵੀ ਸੋਹਣਾ ਲੱਗਦਾ ਬਸ ਲੱਗੇ ਜੇ ਹੁਣ ਗਾਈਆਂ ਬੈਠੀਆਂ ਹੀ ਆ ਉਦੋਂ ਬਾਅਦ ਜਿਹੜੀਆਂ ਪ੍ਰੋਬਲਮ ਆਉਂਦੀਆਂ ਥੋੜ੍ਹਾ ਜਿਹਾ ਵੀ ਇਹਦੇ ਲਈ ਨਾ ਤੁਹਾਨੂੰ ਇੱਕ ਟਰੈਕਟਰ ਟਰਾਲੀ ਤਾਂ ਕੱਲੀ ਰੇਤੇ ਲਈ ਰੱਖਣੀ ਪੈਂਦੀ ਆ ਹੁਣ ਉਹ ਸਾਰਾ ਗਾਰਾ ਖਿੱਚ ਕੇ ਬਾਹਰ ਇਕੱਠਾ ਕਰਤਾ ਉਹ ਸੁੱਕ ਜੂਗਾ ਨਵਾਂ ਰੇਤਾ ਸਿੱਟਦਾ ਉਹ ਸੁੱਕ ਗਿਆ ਉਹਨੂੰ ਅੰਦਰ ਕਰ ਲਾਂਗੇ ਗਾਰਾ ਬਾਹਰ ਕਰ ਦਾਂਗੇ ਥੋੜ੍ਹੀ ਆਹ ਮਿਹਨਤ ਕਰਨੀ ਪੈਂਦੀ ਆਪਾਂ ਨੂੰ ਜਿਵੇਂ ਉਹ ਨਹੀਂ ਇਹਦੇ ਵਰਗੀ ਤਰੀ ਉਹ ਐਨੀ ਵਾਲਾ ਜਿਵੇਂ ਹੁਣ ਜਿਹੜੀ ਆ ਆਜੀ ਹੁਣ ਜਾ ਦੇਖੋ ਐਨੀ ਵਾਲਾ ਕਿਵੇਂ ਤਿਆਰ ਹੈ ਹਨਾ ਵੀ ਇਹ ਚੀਜ਼ਾਂ ਉਵੇਂ ਨਹੀਂ ਮਿਲਦੀਆਂ ਹਨਾ ਜਿਵੇਂ ਤੁਸੀਂ ਗੱਲ ਦੱਸੀ ਆ ਉਹ ਚ ਮੇਰੇ ਪਿਆ ਹੀ ਨਹੀਂ ਜਾਣਾ ਇਸ ਲੋਟ ਹਾਂ ਪਿਆ ਹੀ ਨਹੀਂ ਜਾਣਾ ਹਨਾ ਇਹ ਜਿਹੜਾ ਬਈ ਆਪਣਾ ਐਨੀ ਵਾਲਾ ਹਨਾ ਇਹ ਜ਼ਿਆਦਾਤਰ ਕੱਚੇ ਰੇਤੇ ਵਾਲੇ ਪਸ਼ੂ ਹੁੰਦੇ ਆ ਇੱਥੇ ਹੀ ਬਣੇ ਹੁੰਦੇ ਆ ਇਹ ਤੇ ਪੱਕਿਆਂ ਦਾ ਇੱਕ ਆਪਾਂ ਆਪਦੀ ਸਹੂਲਤ ਲਈ ਇਹ ਬਣਾ ਲਈਆਂ ਚੀਜ਼ਾਂ ਹਨਾ ਉਹ ਚਾਹੇ ਵੀ ਸਕ੍ਰੈਪਰ ਵਧੀਆ ਵੱਜਦਾ ਬਈ ਹਾਂ ਸਫਾਈ ਗਿੱਲਾ ਨਹੀਂ ਹੁੰਦਾ ਹੁਣ ਇਹ ਚ ਬਸ ਥੋੜਾ ਸਾਨੂੰ ਆਈ ਆਗਾ ਵੀ ਢੋਲਾਂ ਕੋਲੇ ਇੱਥੇ ਪਾਣੀ ਪੂਣੀ ਪੀਣ ਆਉਂਦੀਆਂ ਇੱਥੇ ਗਿੱਲਾ ਕਰ ਦਿੰਦੇ ਇੱਥੇ ਹੀ ਹੁਣ ਫਰਸ਼ ਲਾ ਦਾਂਗੇ ਪਹਿਲਾਂ ਥੋੜਾ ਜਿਹਾ ਪਲੈਨਿੰਗ ਹੋਰ ਹਿਸਾਬ ਦੀ ਹੁਣ ਚੇਂਜ ਕਰਤੀ ਪਹਿਲਾਂ ਕਿਊਬੀਕਲਾਂ ਦੇ ਹਿਸਾਬ ਨਾਲ ਰੱਖਿਆ ਹੋਇਆ ਸਾਰਾ ਸਿਸਟਮ ਇਹ ਹੁਣ ਕਿਊਬੀਕਲਾਂ ਦਾ ਰਾਦੇ ਹੀ ਹਟਾਤਾ ਵੀ ਲਾਉਣੇ ਨੀਗੇ ਬਈ ਐਂ ਖੁੱਲੇ ਹੀ ਠੀਕ ਨਾਲੇ ਖਰਚਾ ਹੁੰਦਾ ਵੀਰੇ ਉਹ ਤੇ ਨਾਲੇ ਉਹਨਾਂ ਪਸ਼ੂ ਕੰਫਰਟੇਬਲ ਨਹੀਂ ਰਹਿੰਦੇ ਸੋ ਥੈਂਕ ਯੂ ਬਾਈ ਜੀ ਜਾਣਕਾਰੀ ਦੇਣ ਲਈ ਆਪਣੇ ਫਾਰਮ ਲਈ ਕਿਵੇਂ ਸਾਫ ਸੁਥਰਾ ਰੱਖ ਸਕਦੇ ਹੋ ਸੋ ਬਾਈ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ